ਅਸਤਾ ਦਿੱਲੀ ਗਏ ਤਾਂ ਅਸੀਂ ਸਮਾਨ ਲੈਣ ਦੇ ਚੱਕਰ 'ਚ ਵੀ ਉੱਥੋਂ ਸਮਾਨ ਦਾ ਪਤਾ ਕਰਾਂਗੇ, ਕੋਠੀ ਬਣਦੀ ਸੀ ਵੀ ਆਪਣਾ ਵੀ ਸਸਤਾ ਮਿਲ ਗਿਆ ਉੱਥੋਂ ਲੈ ਆਵਾਂਗੇ, ਨਾਲ ਥੋੜ੍ਹੀ ਜਿਹੀ ਮਾਇਆ ਲੈ ਗਏ ਆਪਣੀ। ਉੱਥੇ ਜਾਣ ਤੋਂ ਬਾਅਦ ਫਿਰ ਜਦੋਂ ਦੇਖਿਆ ਸਰ ਸੰਘਰਸ਼ ਉੱਥੇ ਸੇਵਾ 'ਚ ਲੱਗ ਗਏ। ਉਹ ਦਫ਼ਤਰ ਦੇ ਕੋਲ ਰੋਟੀ ਖਾਂਦੇ ਨੂੰ ਚੱਕ ਕੇ ਲਗਾਏ ਨੇ। ਬਾਪੂ ਸਾਨੂੰ ਫਿਰ ਜਦੋਂ ਤੁਸੀਂ ਸਾਨੂੰ ਲੈਣ ਆਏ ਹੋ ਤੁਸੀਂ ਪੁੱਛਿਆ ਨਹੀਂ ਵੀ ਸਾਡਾ ਕਸੂਰ ਤਾਂ ਦੱਸੋ, ਸਾਡਾ ਕਸੂਰ ਕਸੂਰ ਉੱਥੇ ਪੁੱਛਿਆ ਕੌਣ ਹੈ, ਮੋਦੀ ਨੂੰ ਕੌਣ ਪੁੱਛਦਾ ਵੀ ਤੂੰ ਕਾਨੂੰਨ ਕਿਉਂ ਬਣਾਏ ਨੇ। ਉਸ ਤੋਂ ਬਾਅਦ ਸਾਡੇ ਸ਼ਸਤਰ ਤੱਕ ਵੀ ਬੇਅਦ ਵੀ ਕੀਤੀ ਹੈ, ਕਚਹਿਰੇ ਕਛੂਰੇ ਸਾਡੇ ਸਭ ਲਾਣ ਵਰਗਾ ਕੰਮ ਕੀਤਾ। ਹੁਣ ਵੀ ਫੋਟੋਆਂ ਬਿਆਨ ਕਰਨਗੀਆਂ, ਉਹਨਾਂ ਨੇ ਇਹ ਫੋਟੋਆਂ ਕਿਉਂ ਨਹੀਂ ਬਣਾਈਆਂ, ਕਿਉਂ ਨਹੀਂ ਲਾਈਆਂ ਜਦੋਂ ਸਾਨੂੰ ਲੈ ਕੇ ਗਏ ਨੇ। ਮੂਵੀ ਕਿਉਂ ਨਹੀਂ ਬਣੀ ਸਾਡੀ ਜੇ ਬਾਕੀ ਚੀਜ਼ਾਂ ਦੀ ਮੂਵੀ ਬਣ ਸਕਦੀ ਹੈ, ਜਿੱਥੋਂ ਸਾਨੂੰ ਲੈ ਕੇ ਗਏ ਨੇ ਸਾਈਬਰ ਬ੍ਰਾਂਚ ਤੱਕ ਉਹਦੀ ਮੂਵੀ ਕਿਉਂ ਨਹੀਂ। ਬਾਹਾਂ ਵੀ ਮਰੋੜੀਆਂ ਨੇ ਲੱਤਾਂ ਲੁੱਤਾਂ, ਬਾਅਦ 'ਚ ਫਿਰ ਉਹਨੂੰ ਜਾ ਕੇ ਟੀਕਾ ਲਵਾ ਕੇ ਨਸ਼ੇ ਦਾ ਫਿਰ ਜਾ ਕੇ ਪੇਸ਼ ਕੀਤਾ ਉੱਥੇ ਜੱਜ ਕੋਲ। ਅੱਛਾ ਜੱਜ ਨੇ ਸਾਡੇ ਕੱਪੜੇ ਲਾ ਕੇ ਕਦੇ ਕੜੇ ਲਾ ਲਏ, ਕੰਘੇ ਖੋਲੇ, ਡੈਰੀਆਂ ਖੋਲੀਆਂ, ਪੈਸੇ ਕੱਢ ਲਏ ਵੀ ਅੰਦਰ ਚੁਆਨੀ ਵੀ ਨਾ ਰਹਿ ਜਾਏ ਇਹਨਾਂ ਦੀ ਜੇਬ 'ਚ। ਤੁਹਾਨੂੰ ਅੱਤਵਾਦੀ ਕਹੋਗੇ ਅਸੀਂ ਸਾਰੇ ਅੱਤਵਾਦੀ ਹਾਂ, ਜੇ ਤੁਹਾਨੂੰ ਖਾਲਿਸਤਾਨੀ ਕਹੋਗੇ ਅਸੀਂ ਸਾਰੇ ਹੀ ਖਾਲਿਸਤਾਨੀ ਹਾਂ, ਜੇ ਤੁਹਾਨੂੰ ਪਾਪੀ ਕਹੋਗੇ ਅਸੀਂ ਸਾਰੇ ਹੀ ਪਾਪੀ ਹਾਂ। ਅਸੀਂ ਜੋ ਸਾਡੀ ਭਾਸ਼ਾ ਵਰਤਣੀ ਹੈ ਵਰਤ ਲਓ, ਪਰ ਸਾਡਾ ਹੱਕ ਤਾਂ ਦਿਓ ਕੁਛ ਸਾਨੂੰ। ਇੱਕ ਦੇਸ਼ ਵਾਸੀ ਹੋ ਕੇ, ਇੱਕ ਦੇਸ਼ ਦਾ ਰਕਸ਼ਕ ਹੋ ਕੇ ਫਿਰ ਵੀ ਆਪਣੀ ਬੇਇੱਜ਼ਤੀ ਕਰਵਾਉਣੀ ਪਈ, ਆਪਣੇ ਪੱਗ ਲਾ ਕੇ ਤੁਰਨਾ ਪਿਆ। ਉਹ ਲੋਕਤੰਤਰ ਨਹੀਂ, ਉਹ ਤਾਨਾਸ਼ਾਹੀ ਹੈ। ਇੱਕ ਵਾਰੀ ਵੋਟ ਲੈ ਲਓ, ਮੁੜ ਕੇ ਉਹਨਾਂ ਦਾ ਹੀ ਖੂਨ ਚੂਸੋ, ਉਹਨਾਂ ਨੂੰ ਚਿੱਤਰ ਮਾਰੋ, ਉਹਨਾਂ ਦੀ ਬੇਇੱਜ਼ਤੀ ਕਰੋ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਤੇ ਮੈਂ ਹਾਂ ਸੰਜੀਵ ਗੋਇਲ। ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਪਿੰਡ ਖਨੌਰੀ ਵਿਖੇ। ਤੁਹਾਨੂੰ ਉਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕਿਸਾਨਾਂ ਦੇ ਲਈ ਆਪਣਾ ਵੱਡਾ ਯੋਗਦਾਨ ਪਾਇਆ ਔਰ ਦੇਸ਼ ਦੀ ਸੇਵਾ ਵੀ ਕੀਤੀ। ਜੋ ਦੇਸ਼ ਦੀ ਸੇਵਾ ਕਰਨ ਵਾਲੇ ਜਵਾਨਾਂ ਦੇ ਉੱਪਰ ਅੱਤਿਆਚਾਰ ਹੋ ਰਿਹਾ, ਸਰਕਾਰਾਂ ਦੇ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ, ਉਸ ਦੀ ਅੱਜ ਮੋਹ ਬੋਲ ਦੀ ਤਸਵੀਰ ਹੈ ਜਿਹੜੀ ਤੁਹਾਡੇ ਅੱਗੇ ਲੈ ਕੇ ਆ ਰਹੇ ਸੀ। ਖੁਦ ਉਹਨਾਂ ਦੇ ਮੂੰਹੋਂ ਇਹ ਬਿਆਨ ਹੋਵੇਗਾ ਕਿ ਕਿਸ ਤਰ੍ਹਾਂ ਸਰਕਾਰਾਂ ਤਸ਼ੱਦਦ ਕਰਦੀਆਂ ਆਈਆਂ ਨੇ, ਕਿਸਾਨਾਂ ਦੇ ਉੱਪਰ ਵੀ ਤਸ਼ੱਦਦ ਜਿਹੜਾ ਕੀਤਾ ਜਾ ਰਿਹਾ ਔਰ ਜਵਾਨਾਂ ਦੇ ਉੱਪਰ ਵੀ। ਕੋਈ ਸਮਾਂ ਹੁੰਦਾ ਸੀਗਾ ਜਦੋਂ ਇੱਕ ਨਾਰਾ ਦਿੱਤਾ ਗਿਆ ਸੀਗਾ ਕਿ ਜੈ ਜਵਾਨ ਅਤੇ ਜੈ ਕਿਸਾਨ, ਪਰ ਲੇਕਿਨ ਅੱਜ ਇਹ ਦੋਨੋਂ ਜਿਹੜੇ ਨਾਰੇ ਦੇ ਵਿੱਚ ਸ਼ਬਦ ਨੇ ਜੈ ਜਵਾਨ ਅਤੇ ਜੈ ਕਿਸਾਨ ਦਾ, ਕਿਸਾਨ ਨੇ ਜਿਹੜੇ ਉਹ ਸੜਕਾਂ ਦੇ ਉੱਪਰ ਲੰਮੇ ਸਮੇਂ ਤੋਂ ਰੁਲ ਰਹੇ ਨੇ ਔਰ ਸਰਕਾਰਾਂ ਦਾ ਤਸੱਦ ਜਿਹੜਾ ਉਹ ਚੱਲ ਰਹੇ ਨੇ, ਪਰ ਲੇਕਿਨ ਹੁਣ ਜਿਹੜੇ ਜਵਾਨ ਨੇ ਸਰਹੱਦਾਂ ਦੇ ਉੱਪਰ ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨ, ਉਹਨਾਂ ਨੂੰ ਵੀ ਸਰਕਾਰਾਂ ਦਾ ਤਸੱਦ ਜਿਹੜਾ ਉਹ ਝੱਲਣਾ ਪੈ ਰਿਹਾ। ਇਹ ਸਾਰੀਆਂ ਗੱਲਾਂ ਲੈ ਕੇ ਅੱਜ ਸਾਡੇ ਨਾਲ ਬਾਪੂ ਜੀਤ ਸਿੰਘ ਜੀ ਹਾਜ਼ਰ ਨੇਗੇ ਜਿਨ੍ਹਾਂ ਨੇ ਸਰਕਾਰ ਦਾ ਪਿਛਲੇ ਦਿਨੀ ਤਿਹਾੜ ਜੇਲ੍ਹ ਦੇ ਵਿੱਚ ਤਸੱਦਦ ਝੱਲਿਆ, ਕਿਸ ਤਰ੍ਹਾਂ ਦਾ ਤਸੱਦਦ ਸੀਗਾ ਉਹ ਬਾਪੂ ਜੀ ਨਾਲ ਗੱਲਬਾਤ ਆਪਾਂ ਕਰਾਂਗੇ। ਬਾਪੂ ਜੀ ਸਤਿ ਸ਼੍ਰੀ ਅਕਾਲ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਕਦੋਂ ਤੁਸੀਂ ਇੱਥੋਂ ਜਿਹੜਾ ਹੈਗਾ ਖਨੌਰੀ ਤੋਂ ਗਏ ਸੀਗੇ ਦਿੱਲੀ ਸੰਘਰਸ਼ ਦੇ ਲਈ, ਔਰ ਕਦੋਂ ਤੁਹਾਡੇ ਉੱਪਰ ਜਿਹੜਾ ਅੱਤਿਆਚਾਰ ਵਗੈਰਾ ਕੀਤਾ ਗਿਆ? ਪੱਕਾ ਤਾਂ ਤਰੀਕ ਯਾਦ ਨਹੀਂ, ਹੁਣ ਤਾਂ ਭੁੱਲੀ ਹੋਈ ਹੈ ਬਾਕੀ, ਕਿਉਂਕਿ ਚੱਕਰ 'ਚ ਦਿਮਾਗ ਆ, ਇਸ ਕਰਕੇ ਅਸੀਂ ਆਪਣਾ ਮੇਲਾ ਦੇਖਣ ਤੋਂ ਬਾਅਦ ਗਏ ਹਾਂ ਸਰਹੰਦ ਵਾਲਾ। ਉਸ ਤੋਂ ਪਹਿਲਾਂ ਟੋਲ ਪਲਾਜ਼ਾ, ਇੱਥੇ ਆਪਣਾ ਪੈਣ ਵਾਲਾ ਸਤਰਾਣਾ, ਖਨੌਰੀ ਬਾਰਡਰ ਦੇ ਨਾਂ 'ਤੇ ਇੱਥੇ ਮੋਰਚਾ ਚਲਾਇਆ ਹੋਇਆ ਸੀਗਾ ਕਿਸਾਨ ਯੂਨੀਅਨ ਅੰਮ੍ਰਿਤਸਰ। ਪਿਛਲੇ ਲੰਮੇ ਸਮੇਂ ਤੋਂ ਜਦੋਂ ਦਾ ਸੰਘਰਸ਼ ਚੱਲਿਆ ਹੋਇਆ ਤੁਸੀਂ ਕਿਸਾਨਾਂ ਦੇ ਨਾਲ ਡਟੇ ਹੋਏ? ਖਨੌਰੀ ਮੋਰਚਾ ਜਾਂ ਮੈਂ ਸੀਗਾ ਜਾਂ ਭੁੱਲਰ ਆਪਣੇ ਪ੍ਰਧਾਨ ਪਾਤੜ ਵਾਲੇ ਭੁੱਲਰ ਸਾਹਿਬ ਦੇ ਅੰਡਰ ਇਹ ਮੋਰਚਾ ਚੱਲ ਰਿਹਾ ਸੀ ਖਨੌਰੀ, ਅਤੇ ਤਸਕਰਨ ਦੇ ਅੰਡਰ ਚੱਲ ਰਿਹਾ ਸੀ ਸ਼ੰਭੂ ਅਤੇ ਗਿੱਦੜਵਾ। ਉਸ ਤੋਂ ਬਾਅਦ ਜਿਹੜਾ ਤੁਸੀਂ ਫਿਰ ਇਹ ਦਿੱਲੀ ਚਲੇ ਗਏ, ਦਿੱਲੀ ਜਿਹੜਾ ਹੈਗਾ ਤੁਸੀਂ ਕੈਂ ਤਰੀਕ ਨੂੰ ਉੱਥੇ ਕਿੰਨੇ ਦਿਨ ਰਹੇ ਉੱਥੇ? ਅਸੀਂ ਤਾਂ ਦਿੱਲੀ ਗਏ ਤਾਂ ਅਸੀਂ ਸਮਾਨ ਲੈਣ ਦੇ ਚੱਕਰ 'ਚ ਵੀ ਉੱਥੋਂ ਸਮਾਨ ਦਾ ਪਤਾ ਕਰਾਂਗੇ, ਕੋਠੀ ਬਣਦੀ ਸੀ ਵੀ ਆਪਣਾ ਵੀ ਸਸਤਾ ਮਿਲ ਗਿਆ ਉੱਥੋਂ ਲੈ ਆਵਾਂਗੇ, ਨਾਲ ਥੋੜ੍ਹੀ ਜਿਹੀ ਮਾਇਆ ਲੈ ਗਏ ਆਪਣੀ। ਉੱਥੇ ਜਾਣ ਤੋਂ ਬਾਅਦ ਫਿਰ ਜਦੋਂ ਦੇਖਿਆ ਸਰ ਸੰਘਰਸ਼ ਉੱਥੇ ਸੇਵਾ 'ਚ ਲੱਗ ਗਏ। ਸੰਘਰਸ਼ ਦੇ ਵਿੱਚ ਤੁਸੀਂ ਆਪਣੀ ਸੇਵਾ ਕਰਨ ਲੱਗ ਗਏ, ਮਨ ਤੁਹਾਡਾ ਸੰਘਰਸ਼ ਸਮਾਨ ਦਾ ਧਿਆਨ ਭੁੱਲ ਗਏ ਵੀ ਸਮਾਨ ਉੱਥੇ ਬਾਜ਼ਾਰ ਬੰਦ, ਕਦੇ ਇੱਧਰ ਪੁਲਿਸ ਫਿਰਦੀ ਆ ਰੌਲਾ ਪਾਉਂਦੀ, ਕਦੇ ਇੱਧਰ ਕਦੇ ਟਰੈਕਟਰ ਫੜ ਲਿਆ, ਕਦੇ ਗਧਾ ਫੜ ਲਿਆ, ਕਦੇ ਕੁੱਤਾ ਫੜ ਲਿਆ, ਕਦੇ ਬਿੱਲੀ ਫੜ ਲਈ। ਇੱਕ ਉੱਥੇ ਤਾਂ 100 ਬੰਦਾ ਨਹੀਂ ਸੀ ਬਰਾੜੀ ਕਰਾਉਣ 'ਚ, 10,000 ਰੁਪਏ ਪੁਲਿਸ ਲਾ ਰੱਖੀ ਸੀ, ਉਹ 10,000 ਦਾ ਖਰਚਾ ਕੀ 2 ਰੁਪਈਏ ਉਹਦਾ, ਮੋਦੀ ਨੂੰ ਪਤਾ ਨਹੀਂ ਉਹਦਾ ਖਰਚਾ ਕਿੰਨਾ। ਫਿਰ ਉਹਨਾਂ ਨੇ ਜਿਹੜਾ ਹੈਗਾ ਤੁਹਾਨੂੰ 26 ਜਨਵਰੀ ਦੀ ਜਿਹੜੀ ਘਟਨਾ ਹੋਏਗੀ, 26 ਜਨਵਰੀ ਵਾਲੇ ਦਿਨ ਜਿਹੜਾ ਲਾਲ ਕਿਲੇ ਦੇ ਉੱਪਰ ਸੀਗੇ ਤੁਸੀਂ? ਨਹੀਂ, ਅਸੀਂ 26 ਜਨਵਰੀ ਨੂੰ ਬਿਲਕੁਲ ਬਰਾੜੀ ਗਰਾਊਂਡ ਦੇ ਬੂਹੇ ਦੇ ਅੱਗੇ, ਦਫ਼ਤਰ ਹੈ ਅੰਮ੍ਰਿਤਸਰ ਯੂਨੀਅਨ ਦਾ, ਉਸ ਤੋਂ 100 ਗਜ਼ 'ਤੇ ਸਾਡੀ ਕਾਰ ਖੜ੍ਹੀ ਹੈ ਗੇਟ ਤੋਂ,
और हूँ भी इंटरनेट भी दसूगा तो जिते तस्करन का मतलब दफ्तर है उस दफ्तर के कोल रोटी खाते चक के लगाए ने। ਤੁਸੀਂ ਆਪਣੀ ਰੋਟੀ ਖਾ ਰਹੇ ਸੀ? ਸ਼ਾਮ ਦੀ ਰੋਟੀ ਤੇ ਪਹਿਲਾਂ ਬਿਸਤਰੇ 'ਚ ਸੀਗਾ ਕਾਰ 'ਚ, ਜਦੋਂ ਆਵਾਜ਼ ਮਾਰੀ ਵੀ ਆ ਕੇ ਰੋਟੀ ਖਾ ਲਾ। ਮੈਂ ਪੈਂਟ ਵੀ ਨਹੀਂ ਪਹਿਨ ਕੇ ਆਇਆ, ਕੱਚੇ ਤੇ ਆਪਣੇ ਕੁੜਤੇ 'ਚ ਸੀਗਾ, ਸਿਰ 'ਤੇ ਵੀ ਛੋਟਾ ਜਿਹਾ ਪਟਕਾ ਬੰਨਿਆ ਸੀ। ਉਸ ਤੋਂ ਬਾਅਦ ਸਾਡੇ ਸ਼ਸਤਰ ਤੱਕ ਵੀ ਬੇਅਦ ਵੀ ਕੀਤੀ ਹੈ, ਕਛਹਿਰੇ ਕਛੂਰੇ ਸਾਡੇ ਸਭ ਲਾਹਣ ਵਰਗਾ ਕੰਮ ਕੀਤਾ। ਜਾ ਕੇ ਪੈਂਟ ਵੀ ਉੱਥੇ ਆਪਣੇ ਸਾਈਬਰ ਬ੍ਰਾਂਚ ਦੂਜੇ ਆਦਮੀ ਨੇ ਆਪਣੇ ਬੈਗ 'ਚੋਂ ਕੱਢ ਕੇ ਦਿੱਤੀ ਹੈ। ਹੁਣ ਵੀ ਫੋਟੋਆਂ ਬਿਆਨ ਕਰਨਗੀਆਂ, ਉਹਨਾਂ ਨੇ ਇਹ ਫੋਟੋਆਂ ਕਿਉਂ ਨਹੀਂ ਬਣਾਈਆਂ, ਕਿਉਂ ਨਹੀਂ ਲਾਈਆਂ ਜਦੋਂ ਸਾਨੂੰ ਲੈ ਕੇ ਗਏ ਨੇ? ਮੂਵੀ ਕਿਉਂ ਨਹੀਂ ਬਣੀ ਸਾਡੀ? ਜੇ ਬਾਕੀ ਚੀਜ਼ਾਂ ਦੀ ਮੂਵੀ ਬਣ ਸਕਦੀ ਹੈ ਜਿੱਥੋਂ ਸਾਨੂੰ ਲੈ ਕੇ ਗਏ ਨੇ ਸਾਈਬਰ ਬ੍ਰਾਂਚ ਤੱਕ, ਉਹਦੀ ਮੂਵੀ ਕਿਉਂ ਨਹੀਂ? ਜਦੋਂ ਤੁਹਾਨੂੰ ਲੈ ਕੇ ਗਏ ਨੇ ਉੱਥੇ, ਤਾਂ ਉਦੋਂ ਤੁਸੀਂ ਰੋਟੀ ਖਾ ਰਹੇ ਸੀਗੇ, ਉਦੋਂ ਰੋਟੀ ਜਦੋਂ ਖਾਣ ਦਿੱਤੀ ਫਿਰ ਤੁਹਾਨੂੰ ਉਹਨਾਂ ਨੇ? ਅਸ਼ਟਾਕ ਕਰਕੇ ਖਾਧੀ, ਕੋਈ ਫੌਜੀ ਆਦਮੀ 'ਚ ਅਸੀਂ ਕਿਸੇ ਤੋਂ ਨਾ ਡਰੀਏ, ਨਾ ਸਾਡੇ ਅੰਦਰ ਪਾਪ ਅਤੇ ਨਾ ਸਾਡੇ ਅੰਦਰ ਕਿਸੇ ਦਾ ਡਰ, ਆਪਣੇ ਮਨ ਤੋਂ ਡਰਦੇ ਹਾਂ, ਬਰਾਜ ਤੋਂ ਡਰਦੇ ਹਾਂ। ਫਿਰ ਉੱਥੋਂ ਤੁਹਾਨੂੰ ਕਿੰਨੇ ਬੰਦਿਆਂ ਨੂੰ ਲੈ ਕੇ ਗਏ ਨੇ ਉਸ ਸਮੇਂ? ਉਸ ਟਾਈਮ 8 ਬੰਦਿਆਂ ਨੂੰ ਤਾਂ ਲੈ ਗਏ ਨੇ ਟਾਈਮ 'ਤੇ, ਜਿਨ੍ਹਾਂ 'ਚੋਂ 2-3 ਤਾਂ ਸੁੱਤੇ ਸੀ, ਪਰ ਸੂਬੇਦਾਰ ਗੁਰਮੁਖ ਸਿੰਘ ਗੋਲਡ ਮੈਡਲ ਅਤੇ ਉਸ ਤੋਂ ਇਲਾਵਾ ਹੋਰ 1-2 ਦੇ ਕੋਲ ਸੇਵਾਦਾਰ ਦੇ ਤੌਰ 'ਤੇ ਜਾਂ ਉਹਦੇ ਨਾਲ ਦੇ ਸਮਝ ਲਓ ਸੁੱਤੇ ਸੀ। ਇੱਕ ਬੰਦਾ ਦਫ਼ਤਰ 'ਚ ਬੈਠਾ ਸੀ, ਉਹਦਾ ਨਾਂ ਜੋਗਿੰਦਰ ਸਿੰਘ ਬੋਹਾ ਬਲਾਡੇ ਕੋਲ, ਉਹ ਦਫ਼ਤਰ 'ਚ ਬੈਠਾ ਸੀ, ਉਹਨੇ ਐਵੇਂ ਨਹੀਂ ਰੌਲਾ ਪਾਇਆ ਵੀ ਤੁਸੀਂ ਕਿਉਂ ਆਏ ਹੋ, ਕਿੱਥੋਂ ਆਏ ਹੋ, ਆਪ ਵੀ ਚੁੱਪ ਕਰਕੇ ਪੇਟ ਵਾਂਗੂ ਅੱਗੇ ਤੁਰ ਪਿਆ। ਬਾਅਦ ਜਦੋਂ ਲੰਗਰ 'ਚ 500-400 ਬੰਦਾ ਵੜ ਗਿਆ, ਜਿਹੜੇ 2-3 ਅਸੀਂ ਲੰਗਰ 'ਚ ਸੀ, ਸਾਨੂੰ ਵੀ ਚੁੱਪ ਰਹਿਣਾ ਪੈ ਗਿਆ, ਰੋਟੀ ਤਾਂ ਆਰਾਮ ਨਾਲ ਖਾਧੀ, ਰੋਟੀ ਮੈਂ ਨਹੀਂ ਉੱਠਿਆ, ਰੁਕੋ ਰੋਟੀ ਖਾਂਦਾ, ਰੋਟੀ ਖਾ ਕੇ ਫਿਰ ਉੱਠਿਆ। ਕਿੰਨੇ ਕੁ ਬੰਦੇ ਸੀਗੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਤੁਹਾਨੂੰ ਲੈਣ ਆਏ ਸੀ? ਲੈਣ ਕੀ 10,000 ਦਾ ਘੇਰਾ ਸੀ, 400-500 ਆ ਕੇ ਸਾਡੇ ਤੰਬੂਆਂ 'ਚ ਵੜ ਗਿਆ, 5-7 ਤੰਬੂ ਸੀ ਸਾਡੇ, ਰੋਜ਼ ਦਾ 3,000 ਕਿਰਾਇਆ ਦਿੰਦੇ ਸੀ, ਅਸੀਂ ਐਵੇਂ ਥੋੜ੍ਹੀ ਬੈਠੇ ਸੀ ਉੱਥੇ, ਦਫ਼ਤਰ ਲਾ ਰੱਖਿਆ ਸੀ, ਸਭ ਕੁਛ ਸੀ, ਕੋਈ ਭੱਜਾ ਦੌੜੀ ਵਾਲਾ ਕੰਮ ਅਸੀਂ, ਕੋਈ 4,000 ਥੋੜ੍ਹੀ 'ਚ ਵੀ ਜਿਹੜਾ ਉੱਥੋਂ ਸਮਾਨ ਚੱਕ ਕੇ ਦਿੱਲੀਓਂ ਭੱਜਾਂਗੇ ਸੀ। ਬਾਪੂ ਜੀ ਤੁਹਾਨੂੰ ਫਿਰ ਜਦੋਂ ਤੁਸੀਂ ਤੁਹਾਨੂੰ ਲੈਣ ਆਏ ਹੋ, ਤੁਸੀਂ ਪੁੱਛਿਆ ਨਹੀਂ ਵੀ ਸਾਡਾ ਕਸੂਰ ਤਾਂ ਦੱਸੋ, ਸਾਡਾ ਕਸੂਰ ਕਸੂਰ ਉੱਥੇ ਪੁੱਛਿਆ ਕੌਣ ਹੈ, ਮੋਦੀ ਨੂੰ ਕੌਣ ਪੁੱਛਦਾ ਵੀ ਤੂੰ ਕਾਨੂੰਨ ਕਿਉਂ ਬਣਾਏ ਨੇ? ਜਿਹਦਾ ਧੱਕਾ ਚੱਲਦਾ ਅੱਜ ਕੱਲ੍ਹ ਚਿੱਤਰ ਦਾ ਸਭ ਕੁਛ, ਪ੍ਰੇਮ ਨਾਲ ਕੋਈ ਨਹੀਂ ਕਿਸੇ ਨੂੰ ਕੁਛ ਮਿਲਦਾ। ਜਦੋਂ ਲੈ ਕੇ ਗਏ ਨੇ, ਤੁਹਾਡੇ ਨਾਲ ਕੋਈ ਬਦਸਲੂਕੀ ਵੀ ਕੀਤੀ ਗਈ ਆ, ਤੁਹਾਡੇ ਉੱਪਰ ਹੱਥ ਚੁੱਕਿਆ ਗਿਆ? ਬਦਸਲੂਕੀ ਮੇਰੇ ਨਾਲ ਕੀ, ਸਾਰਿਆਂ ਨਾਲ ਹੀ ਕੀਤੀ ਆ। ਜਿਹੜਾ ਸੂਬੇਦਾਰ ਹੈ ਇੱਕ ਗੋਲਡ ਮੈਡਲ, ਉਹਨੇ ਕਹਿੰਦਾ ਸੀ ਵੀ ਮੇਰੀ ਤਲਵਾਰ ਹੈ ਜਰਮਨ ਤੋਂ ਆਈ ਹੋਈ, ਮੇਰੀ ਤਲਵਾਰ ਤਾਂ ਮੈਨੂੰ ਚੁੱਪ ਫੜ ਲੈਣ ਦਿਓ, ਮੈਂ ਕੋਈ ਚਲਾਉਣ ਤੋਂ ਵਾਸਤੇ ਤਾਂ ਨਹੀਂ ਫੜਨੀ, ਵੀ ਇੰਨੇ ਆਦਮੀ ਮੈਂ ਕੋਈ ਚਲਾ ਕੇ ਤੁਹਾਨੂੰ ਮਾਰਨ ਤਾਂ ਮਾਰਨਾ ਤਾਂ ਨਹੀਂ। ਉਹਨੂੰ ਉਹ ਵੀ ਨਹੀਂ ਫੜਨ ਦਿੱਤੀ, ਉਹਦੇ ਫਿਰ ਬਾਹਾਂ ਵੀ ਮਰੋੜੀਆਂ ਨੇ, ਲੱਤਾਂ। ਬਾਅਦ 'ਚ ਫਿਰ ਉਹਨੂੰ ਜਾ ਕੇ ਟੀਕਾ ਲਵਾ ਕੇ ਨਸ਼ੇ ਦਾ ਫਿਰ ਜਾ ਕੇ ਪੇਸ਼ ਕੀਤਾ ਉੱਥੇ ਜੱਜ ਕੋਲ। ਬਹੁਤ ਸਾਰੇ ਤੁਹਾਡੇ ਸਾਥੀ ਜਿਹੜੇ ਤੁਹਾਨੂੰ ਨਾਲ ਲੈ ਕੇ ਗਏ ਨੇਗੇ, ਉਹਨਾਂ ਦਾ ਵੀ ਅਮਰ ਵੀ ਛਕਿਆ ਹੋਇਆ ਹੋਊਗਾ, ਜਿਹੜੇ ਉਹਨਾਂ ਦੇ ਕੋਈ ਜਿੱਦਾਂ ਸਿੱਖੀ ਸਰੂਪ ਹੁੰਦੇ ਨੇ ਉਹ ਵੀ ਪਾਏ ਹੋਣਗੇ, ਉਹਨਾਂ ਦੀ ਫਿਰ ਬੇਅਦਬੀ ਹੋਈ? ਜਦੋਂ ਜੱਜ ਕੋਲ ਗਏ ਨੇ ਸਾਰਾ ਕੁਝ ਲਵਾਤਾ, ਸਿਰਫ ਇੱਕ ਜਿਹੜੇ ਨੂੰ ਬਾਅਦ 'ਚ ਕੁੱਟਿਆ ਇਹਨਾਂ ਨੇ, ਸਾਡੇ 8 ਤੋਂ ਬਾਅਦ 'ਚ ਜਿਹੜਾ ਆ ਕੇ ਟੈਂਟਾਂ ਦੀ ਫੋਟੋ ਜਿਹਨੇ ਡਾਊਨਲੋਡ ਕੀਤੀ ਆ, ਉਹਨੂੰ ਜਦੋਂ ਕੁੱਟਦੇ ਰਹੇ ਨੇ, ਉਹ ਡੰਡੇ ਮਾਰਦੇ ਰਹੇ ਨੇ, ਉਹ ਆਪਣਾ ਭੱਜਾ ਭੱਜਾ ਕੇ ਆਪਣਾ ਕੰਮ ਕਰਤਾ ਉਹਨੇ। ਫਿਰ ਤੁਹਾਨੂੰ ਜਿਹੜਾ ਇਹ ਜੇਲ੍ਹ ਦੇ ਵਿੱਚ, ਤਿਹਾੜ ਜੇਲ੍ਹ ਦੇ ਵਿੱਚ ਰੱਖਿਆ, ਕਿੰਨੇ ਦਿਨ ਤਿਹਾੜ ਜੇਲ੍ਹ 'ਚ ਰੱਖਿਆ? ਇਹ ਕੋਈ 16 ਦਿਨ ਹੋਣੇ ਨੇ, ਹੁਣ ਗਿਣਤੀ ਮੈਂ ਤਾਂ ਭੁੱਲ ਪਲ ਜਾਂਦਾ, ਹੁਣ ਮੈਂ ਤਾਂ ਤਰੀਕ ਵੀ ਭੁੱਲਿਆ ਬੈਠਾ, ਮੇਰਾ ਦਿਮਾਗ ਹੀ ਨਹੀਂ ਤੁਹਾਨੂੰ ਟਿਕਾਣੇ। ਸਾਨੂੰ ਤਾਂ ਉਹੀ ਸੁਪਨੇ ਆਉਂਦੇ ਨੇ ਵੀ ਕੋਈ ਕੰਮ ਨਹੀਂ, ਕੋਈ ਮਤਲਬ ਨਹੀਂ, ਸਿਰਫ ਬੇਇੱਜ਼ਤੀ ਕਰਵਾਉਣ ਦਾ ਫਾਇਦਾ ਕੀ ਸਾਨੂੰ? ਉੱਥੇ ਵੀ ਜੇਲ੍ਹ ਦੇ ਵਿੱਚ ਵੀ ਕੋਈ ਕਿਸੇ ਨਾਲ ਬਦਤਮੀਜ਼ੀ ਕੀਤੀ ਤੁਹਾਡੇ ਨਾਲ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਘਟਨਾ ਹੋਈ ਉੱਥੇ? ਉੱਥੇ ਬਦਤਮੀਜ਼ੀ ਕਰਦੇ ਸੀਗੇ, ਜਿਹੜਾ ਬੰਦਾ ਥੋੜ੍ਹਾ ਜਿਹਾ ਬੋਲ ਕਬੋਲ ਬੋਲਦੇ ਤਾਂ ਅਸੀਂ ਆਪ ਪੁੱਠੇ ਬੋਲ, ਜਦੋਂ ਕੋਈ ਅੱਗੋਂ ਉਲਟਾ ਬੋਲੂਗਾ ਉਹਦੀ ਬੇਇੱਜ਼ਤੀ ਕਰਨੀ, ਹੋਈ ਪੁਲਿਸ ਵਾਲਿਆਂ ਵਾਲੀ ਨੀਤੀ। ਪ੍ਰਸ਼ਾਸਨ ਵੱਲੋਂ, ਪੁਲਿਸ ਵੱਲੋਂ ਕੋਈ ਤੁਹਾਡੇ ਉੱਪਰ ਕੋਈ ਇਸ ਤਰ੍ਹਾਂ ਦਾ ਅੱਤਿਆਚਾਰ ਵੀ ਕੀਤਾ ਗਿਆ? ਅੱਤਿਆਚਾਰ ਜਦੋਂ ਸਾਡੇ ਕੱਪੜੇ ਲਾ ਕੇ, ਕਦੇ ਕੜੇ ਲਾ ਲਏ, ਕੰਘੇ ਖੋਲੇ, ਡੈਰੀਆਂ ਖੋਲੀਆਂ, ਪੈਸੇ ਕੱਢ ਲਏ, ਵੀ ਅੰਦਰ ਚਵਾਨੀ ਵੀ ਨਾ ਰਹਿ ਜਾਏ ਇਹਨਾਂ ਦੀ ਜੇਬ 'ਚ। ਹੋਰ ਤੁਹਾਡੇ ਨਾਲ ਜਿਹੜਾ ਕੋਈ ਸਾਥੀ ਤੁਹਾਡੇ ਨਾਲ ਸੀਗਾ, ਉਸ ਨਾਲ ਕੋਈ ਜ਼ਿਆਦਾ ਕੋਈ ਇਸ ਤਰ੍ਹਾਂ ਦੀ ਬਦਸਲੂਕੀ ਕੀਤੀ ਜਾਵੇ, ਕੁੱਟਮਾਰ ਜ਼ਿਆਦਾ ਕੀਤੀ ਗਈ? ਦੋ ਨਾਲ ਹੋਈ ਆ ਜ਼ਿਆਦਾ, ਇੱਕ ਤਾਂ ਗੁਰਮੁਖ ਸਿੰਘ ਨਾਲ ਅਤੇ ਇੱਕ ਮੁੰਡੇ ਦਾ ਨਾਂ ਹੈ ਕੁਲਵਿੰਦਰ ਸਿੰਘ ਖਾਲਿਸਤਾਨੀ, ਉਹਦੇ ਨਾਲ ਬਹੁਤ ਕੁੱਟਮਾਰ ਹੋਈ ਆ। ਜਿਹੜਾ ਘਰ ਵੀ ਰਹਿ ਕੇ ਕੁਛ ਨਹੀਂ, ਪਹਿਲਾਂ ਹੀ ਸੇਵਾ 'ਚ ਰਹਿੰਦਾ ਗੁਰਦੁਆਰਿਆਂ 'ਚ, 2-2, 4-4 ਮਹੀਨੇ, 6-6 ਮਹੀਨੇ ਜਿੱਥੇ ਉਹਦਾ ਜੀ ਲੱਗਦਾ ਉੱਥੇ ਸੇਵਾ ਕਰਦਾ, ਅਤੇ ਸੇਵਾ ਸੁਭਾਅ ਵਾਲਿਆਂ ਨੂੰ ਵੀ ਖਾਲਿਸਤਾਨ ਦਾ ਨਾਂ ਉਹਨੇ ਆਪ ਆਪਣਾ ਮਸ਼ਹੂਰ ਕਰ ਰੱਖਿਆ ਵੀ ਜੇ ਸਾਨੂੰ ਅੱਤਵਾਦੀ ਕਹੋਗੇ ਅਸੀਂ ਸਾਰੇ ਅੱਤਵਾਦੀ ਹਾਂ, ਜੇ ਸਾਨੂੰ ਖਾਲਿਸਤਾਨੀ ਕਹੋਗੇ ਅਸੀਂ ਸਾਰੇ ਹੀ ਖਾਲਿਸਤਾਨੀ ਹਾਂ, ਜੇ ਸਾਨੂੰ ਪਾਪੀ ਕਹੋਗੇ ਅਸੀਂ ਸਾਰੇ ਹੀ ਪਾਪੀ ਹਾਂ। ਅਸੀਂ ਤਾਂ ਜੋ ਸਾਡੀ ਭਾਸ਼ਾ ਵਰਤਣੀ ਹੈ ਵਰਤ ਲਓ, ਪਰ ਸਾਡਾ ਹੱਕ ਤਾਂ ਦਿਓ ਕੋਈ ਸਾਨੂੰ। ਨਹੀਂ, ਤੁਸੀਂ ਲਾਲ ਕਿਲ੍ਹੇ ਦੇ ਜਦੋਂ 26 ਤਰੀਕ ਨੂੰ ਉੱਥੇ ਸੀਗੇ, ਔਰ ਕੀ ਕੁਛ ਦੇਖਿਆ ਤੁਸੀਂ ਉੱਥੇ? ਕਿਹਾ ਗਿਆ ਇੱਥਰੂ ਗੈਂਸ ਦੇ ਕੋਲ ਲਾਲ ਕਿਲ੍ਹੇ 'ਚ ਅਸੀਂ ਗਏ ਨਹੀਂ, ਜਿੱਥੇ ਸਾਡਾ ਬਰਾੜੀ ਗਰਾਊਂਡ ਹੈ ਇੱਥੇ ਇੱਕ ਬੈਰੀਕੇਡ ਪੁਲਿਸ ਨੇ ਲਾਇਆ ਸੀ, ਜਿਹਦੇ ਵਿੱਚ ਸਾਡਾ ਸਰਦਾਰ ਬਲਕਾਰ ਸਿੰਘ ਭੁੱਲਰ ਵੀ ਉੱਥੇ ਪਹੁੰਚ ਗਿਆ ਸੀ ਜਦੋਂ ਗੋਲੇ ਡਿੱਗੇ ਨੇ, ਉਹ ਫਿਰ ਉੱਥੋਂ ਹੀ ਵਿਚਾਰਾ ਬੇਹੋਸ਼ ਹੋ ਕੇ ਵਾਪਸ ਆਇਆ।
ਉਹਨੂੰ ਅੱਗੋਂ ਲੈਣ ਵਾਸਤੇ ਅਸੀਂ ਗਏ, ਉਹਨੂੰ ਵੀ ਥੱਲੇ ਵਾਪਸ ਲਿਆਂਦਾ, ਉਹਦੇ ਨਾਲ ਹੋਰ ਸੀਗੇ ਉਹਨਾਂ ਨਾਲ, ਸਾਨੂੰ ਪਤਾ ਨਹੀਂ ਹੁਣ ਇੱਕ ਬੰਦੇ ਨੂੰ ਸੰਭਾਲਣ 'ਚ ਰਹਿ ਗਏ, ਸਤਪਾਲ ਗਰੇਵਾਲ ਸੀ, ਹੋਰ ਵੀ ਹੋਣਗੇ ਬੰਦੇ, ਇੱਕ ਤੋਂ ਉਹ ਤਾਂ ਉੱਥੋਂ ਹੀ ਵਾਪਸ ਆ ਗਏ ਜਦੋਂ ਉੱਥੇ ਤਸ਼ੱਦਦ ਹੋਣ ਲੱਗ ਗਈ ਪੁਲਿਸ ਦੀ, ਉੱਥੇ ਕਾਹਦੀ 26 ਜਨਵਰੀ 'ਚ। ਫਿਰ ਜਿਹੜੀ ਤੁਸੀਂ ਆਪਣੀ ਗੱਡੀ ਵਗੈਰਾ ਵੀ ਲੈ ਕੇ ਗਏ ਸੀ? ਗੱਡੀ ਸਾਡੀ ਤਾਂ ਜਿੱਦਣ ਅਸੀਂ ਗਏ ਹਾਂ ਉੱਥੋਂ ਪਹਿਲਾਂ ਤਾਂ ਸਾਰੇ ਬਾਰਡਰਾਂ 'ਤੇ ਘੁੰਮਦੇ ਰਹੇ ਪੂਰਾ ਦਿਨ, ਕਿਸੇ ਨੇ ਅੰਦਰ ਨਹੀਂ ਜਾਣ ਦਿੱਤੇ। ਬਾਅਦ 'ਚ ਬਹਾਦਰਗੜ੍ਹ ਫਿਰ ਝੰਡੇ ਤਾਰ ਕੇ ਵਿੱਚ ਰੱਖਣੇ ਪਏ ਗੁਰਦੁਆਰੇ ਦਾ ਵੀ, ਕਿਸਾਨ ਯੂਨੀਅਨ ਦਾ ਤਾਂ ਵੱਖਰੀ ਚੀਜ਼ ਹੈ, ਜਿਹੜਾ ਸੇਵਾ ਵਾਲਾ ਝੰਡਾ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਦਾ, ਉਹ ਵੀ ਗੱਡੀ 'ਚ ਲੁਕਾਉਣਾ ਪਿਆ। ਇੱਕ ਦੇਸ਼ ਵਾਸੀ ਹੋ ਕੇ, ਇੱਕ ਦੇਸ਼ ਦਾ ਰਕਸ਼ਕ ਹੋ ਕੇ, ਫਿਰ ਵੀ ਆਪਣੀ ਬੇਇੱਜ਼ਤੀ ਕਰਵਾਉਣੀ ਪਈ, ਆਪਣੇ ਪੱਗ ਲਾ ਕੇ ਤੁਰਨਾ ਪਿਆ, ਇੱਕ ਝੰਡਾ ਉਤਾਰਨਾ, ਸਾਡੀ ਪੱਗ ਲੈਣ ਦੇ ਬਰਾਬਰ। ਫਿਰ ਗੱਡੀ ਜਿਹੜੀ ਉਹ ਵੀ ਪੁਲਿਸ ਵੱਲੋਂ ਜਿਹੜੀ ਹਿਰਾਸਤ ਵਿੱਚ ਲਿੱਤੀ ਗਈ? ਉਹ ਹਿਰਾਸਤ ਵਿੱਚ ਕੀ, ਉਹਦੇ ਅੰਦਰ ਪੈਸਾ ਵੀ ਹੈ, ਸਮਾਨ ਹੈ ਸਾਰਾ, ਕੰਮ ਬਿਸਤਰਾ ਹੈ, ਹਰੇਕ ਚੀਜ਼ਾਂ, ਕੁਹਾੜੀ ਆਰੀ ਕੋਈ ਵੀ ਚੀਜ਼ ਐਸੀ ਨਹੀਂ, ਪੰਪ ਟਾਇਰ ਟੂਲ ਕੋਈ ਚੀਜ਼ ਐਸੀ ਨਹੀਂ ਕਿ ਜਿਹੜੀ ਉਹਦੇ 'ਚ ਨਾ ਹੋਵੇ। ਹੁਣ ਵੀ ਜਿੱਦਣ ਖੁੱਲੂਗੀ ਗੱਡੀ, ਦੁਨੀਆਂ ਦੇਖੂਗੀ ਉਹ ਚਾਹੇ ਕੀ ਹੈ। ਆਪਣੇ ਖਰਚੇ ਤੇ ਕੀਤਾ ਜਾਂ ਕੋਈ ਮਦਦ ਮਿਲ ਰਹੀ? ਨਹੀਂ ਨਹੀਂ, ਮਨਜਿੰਦਰ ਸਿੰਘ ਸਿਰਸਾ ਸਾਹਿਬ ਤੇ ਪਿੱਛੋਂ ਮਤਲਬ ਸਾਰੀਆਂ ਪਾਰਟੀਆਂ ਭੇਜ ਰਹੀਆਂ ਨੇ, ਹੁਣ ਕੋਈ ਮਤਭੇਦ ਤਾਂ ਹੀ ਨਹੀਂ, ਨਾ ਕੋਈ ਅਕਾਲੀ ਹੈ, ਨਾ ਕੋਈ ਕਾਂਗਰਸੀ ਹੈ, ਨਾ ਕੋਈ ਆਪ ਹੈ। ਸਰਕਾਰ ਵੱਲੋਂ ਕੋਈ ਮਦਦ ਮਿਲੀ ਹੋਵੇ ਜਾਂ ਕੋਈ ਹਾਂ ਦਾ ਨਾਰਾ ਮਾਰਿਆ ਹੋਵੇ ਕਿ ਜਿਹੜਾ ਅਜੀਤ ਸਿੰਘ ਨਾਲ ਹੋਇਆ ਇਹ ਸਾਰਾ ਕੁਝ ਗਲਤ ਹੋਇਆ? ਚਾਹ ਪਾਣੀ ਦੇ ਕੇ ਗਏ ਨੇ ਆ ਕੇ ਦੋ ਵਾਰੀ, ਵੀ ਆਪਣਾ ਜੇ ਕੋਈ ਤਕਲੀਫ ਹੈ ਆਪਣਾ ਕੋਈ ਦਵਾਈ ਇਲਾਜ ਕਰਾ ਲੈ, ਬਾਕੀ ਹੋਰ ਕੋਈ ਆਪਾਂ ਵੱਡੀ ਮਦਦ ਦੇ ਇੱਛੁਕ ਹੀ ਨਹੀਂ, ਪਰਮਾਤਮਾ ਘਰੋਂ ਦੇਵੇ ਸਭ ਨੂੰ ਦੇਵੇ। ਨਹੀਂ ਸਰਕਾਰ ਦਾ ਕੋਈ ਬੰਦਾ ਆਇਆ, ਕੋਈ ਸਰਕਾਰ ਵੱਲੋਂ ਆਇਆ ਕੋਈ ਕਿ ਤੁਹਾਨੂੰ ਵੀ? ਕਾਂਗਰਸ ਨੂੰ ਕੀ ਲੋੜ ਹੈ ਹੁਣ ਦੀ, ਸਾਡੇ ਕੈਪਟਨ ਸਾਹਿਬ ਦੀ ਸਰਕਾਰ ਹੈ। ਨਹੀਂ ਤੁਸੀਂ ਉਹ ਮਹਾਰਾਜ ਕੈਪਟਨ ਨੇ, ਉਹ ਵੀ ਕੈਪਟਨ ਨੇ, ਪਰ ਤੁਸੀਂ ਵੀ ਦੇਸ਼ ਦੇ ਲਈ ਰੱਖਿਆ ਕੀਤੀ ਹੈ, ਦੇਸ਼ ਦੀ ਰੱਖਿਆ ਕੀਤੀ ਹੈ, ਦੇਸ਼ ਦੇ ਲਈ ਲੜੇ ਹੋ ਤੁਸੀਂ। ਹੋ ਸਕਦਾ ਕੋਈ ਬੰਦਾ ਭੇਜਣ, ਬਾਕੀ ਅਜੇ ਤੱਕ ਨਹੀਂ ਆਇਆ, ਤੇ ਸਾਨੂੰ ਤਾਂ ਕਿਸੇ ਨੂੰ ਅਸੀਂ ਆਸ ਵੀ ਨਹੀਂ ਕਰਦੇ, ਇੱਥੇ ਇੱਕੋ ਆਸ ਕਰਦੇ ਹਾਂ ਵਾਹਿਗੁਰੂ ਤੋਂ ਵੀ ਸਾਨੂੰ ਉੱਤਰੋ ਕਰੋ ਤਾਂ ਜੀ, ਹੋਰ ਸਭ ਨੂੰ ਦੇਵੀ। ਕਿੰਨਾ ਚਿਰ ਡਿਊਟੀ ਕੀਤੀ ਹੈ ਤੁਸੀਂ ਦੇਖ? 15 ਸਾਲ 4 ਦਿਨ। ਕਿਹੜੇ ਕਿਹੜੇ ਮਹਿਕਮੇ ਦੇ ਵਿੱਚ? ਆਰਟਲਰੀ ਤੋਪਖਾਨਾ। ਕਿਹੜੀ ਜਗ੍ਹਾ 'ਤੇ ਕੀਤੀ ਤੁਸੀਂ ਡਿਊਟੀ? ਸ਼ੁਰੂ ਤੋਂ ਹੈਦਰਾਬਾਦ ਟ੍ਰੇਨਿੰਗ, ਫਿਰ ਗੁਜਰਾਤ 'ਚ ਨੌਕਰੀ ਕੀਤੀ ਹੈ 76 'ਚ, ਫਿਰ ਆਪਣਾ 78 'ਚ ਆਪਣਾ 77 'ਚ ਪਹੁੰਚ ਗਏ ਚਾਈਨਾ ਬਾਰਡਰ, ਦੁਆਂਗ ਤਮਾਂਗ ਵੱਲ ਉੱਧਰ ਪੰਬੜੀ ਲਾਲ, ਉੱਧਰ ਡਿਊਟੀ ਕਰਕੇ ਫਿਰ ਦੇਹਰਾਦੂਨ ਆ ਗਏ, ਦੇਹਰਾਦੂਨ ਤੋਂ ਫਿਰ ਚਲੇ ਗਏ ਆਪਾਂ ਨਾਗੜ ਵਗੈਰਾ, ਇੱਧਰ ਨਾਰਮਲ ਡਿਊਟੀਆਂ, ਫਿਰ ਇੱਧਰ ਚਲੇ ਗਏ ਆਪਣਾ ਨਾਸਿਕ ਰੋਡ 3 ਸਾਲੀ ਯਾਰੀ ਡਿਊਟੀ, ਉਸ ਟਾਈਮ ਸਗੋਂ ਜਿਹੜਾ ਗੌਰਮੈਂਟ ਦੇ ਅੰਦਰ ਚਾਚਾ ਭਤੀਜਾ ਬਾਦ ਹੁੰਦਾ ਫੌਜ 'ਚ, ਉਹਦੇ ਮੁਤਾਬਕ ਨਾ ਤਾਂ ਖਿਡਾਰੀ ਦੀ ਕੀਮਤ, ਨਾ ਕਿਸੇ ਚੰਗੇ ਆਦਮੀ ਦੀ ਕੀਮਤ, ਉੱਥੇ ਵੀ ਚਾਚਾ ਭਤੀਜਾ ਬਾਦ ਘੁੰਮ ਜਾਂਦਾ। ਉਸ ਤੋਂ ਬਾਅਦ 'ਚ ਫਿਰ ਆਪਣਾ ਨਾਸਿਕ ਤੋਂ 3 ਸਾਲ ਲਾ ਕੇ ਪਿੱਛੋਂ ਕ੍ਰਾਸ ਕਰਤੇ, ਉਦੋਂ ਤੋਂ ਟੈਨਸ਼ਨ ਬਣ ਗਈ, ਟੈਨਸ਼ਨ ਬਣਨ ਤੋਂ ਬਾਅਦ ਫਿਰ ਇੱਧਰ ਚਲੇ ਗਏ ਆਪਣੇ ਕਸ਼ਮੀਰ 'ਚ, ਦੇਹਰਾਦੂਨ ਤੋਂ ਕਸ਼ਮੀਰ 'ਚ ਤੰਗਦਾਰ ਡਿਊਟੀ ਕੀਤੀ ਜ਼ਿਲ੍ਹਾ ਕੱਪੂ ਵਾਲਾ ਰੀਅਰ ਚੌਂਕੀਵਾਲ, ਉੱਥੇ ਗੇਮਾਂ ਵੀ ਕਰਦੇ ਰਹੇ 26 ਮੀਲ 'ਚ, ਲਿਆ ਵੀ ਸਭ ਕੁਛ ਨਾਲ ਦੀ ਨਾਲ ਦੇਤਾ ਵਾਪਸ, ਜਦੋਂ ਬੰਦੇ ਦੇ ਦਿਮਾਗ ਟੈਨਸ਼ਨ 'ਚ ਰਹਿਣਾ, ਉਹ ਕਿਸੇ ਦੀ ਕਿਉਂ ਮੰਨਣ ਲੱਗਾ, ਉਹ ਤਾਂ ਆਪਣੀ ਚਲਾਊਗਾ। ਜਿਹੜੀ ਫੌਜ ਦੀ ਡਿਊਟੀ ਹੁੰਦੀ ਹੈ ਬਹੁਤ ਸਖਤ ਡਿਊਟੀ ਮੰਨੀ ਗਈ ਹੈ, ਕਿਉਂਕਿ ਬਹੁਤ ਕਠਿਨ ਰਾਸਤਿਆਂ ਦੇ ਵਿੱਚ ਇਹ ਡਿਊਟੀ ਕਰਨੀ ਪੈਂਦੀ ਹੈ, ਮਾਣ ਮਹਿਸੂਸ ਹੁੰਦਾ ਸੀਗਾ ਜਦੋਂ ਡਿਊਟੀ ਕਰਦੇ? ਬਈ ਅਸੀਂ ਡਰਾਈਵਰ ਸੀ ਅਤੇ ਨਾਲੇ ਤੋਪਖਾਨੇ ਦਾ ਡਰਾਈਵਰ ਸੀ, ਤੋਪਖਾਨੇ ਤਾਂ ਦੇਸ਼ ਨੂੰ ਮਾਣ, ਇਹਦਾ ਮਾਟੋ ਹੈ ਸਰਵੱਤਰਾ ਇੱਜ਼ਤ ਹੋ ਕੇ ਪਾਲ, ਵੀ ਸਭ ਦੀ ਇੱਜ਼ਤ ਰਾਖੀ ਕਰਨਾ। ਪਰ ਜਦੋਂ ਸਰਕਾਰਾਂ ਇਸ ਤਰ੍ਹਾਂ ਦਾ ਤਸ਼ੱਦਦ ਕਰਨ, ਫਿਰ ਕੀ ਲੱਗਦਾ ਹੈ ਕਿ ਮਨ ਨੂੰ ਕਿੰਨੀ ਕੁ ਠੇਸ ਪਹੁੰਚਦੀ ਹੈ? ਠੇਸ ਤਾਂ ਪਹੁੰਚਦੀ, ਅਸੀਂ ਪਹਿਲਾਂ ਵੀ ਪਾਕਿਸਤਾਨ ਦੇ ਰਹਿਣ ਵਾਲੇ ਹਾਂ, ਹੁਣ ਜਦੋਂ ਹਿੰਦੁਸਤਾਨ ਦੇ ਅੰਦਰ ਸਾਡੀ ਬੇਇੱਜ਼ਤੀ ਹੁੰਦੀ ਆ, ਅਸੀਂ ਇਹੀ ਸੋਚਦੇ ਹਾਂ ਸਾਨੂੰ ਮਰ ਜਾਣਾ ਚੰਗਾ ਉਹ ਵੀ ਪਾਕਿਸਤਾਨ 'ਚ ਜਾ ਕੇ। ਪਰਿਵਾਰ ਦੇ ਵਿੱਚ ਕੌਣ ਕੌਣ ਰਹਿੰਦੇ ਨੇ? ਆਪਣਾ ਲੜਕਾ ਹੈ ਅਤੇ ਔਰਤਾਂ, ਗੁੱਡੀਆਂ 3 ਨੇ ਉਹ ਵਿਆਹੀਆਂ ਹੋਈਆਂ ਨੇ, ਇੱਕ ਬੰਬੇ ਰਹਿੰਦੀ ਆ, 2 ਆਪਣਾ ਇੱਥੇ ਨੇ ਨਾਈ ਵਾਲਾ ਅਤੇ ਪਤਲਾ। ਲਾਸਟ ਦੇ ਵਿੱਚ ਬਾਪੂ ਜੀ ਇੱਕ ਗੱਲ ਸਵਾਲ ਹੋਰ ਰਹਿ ਗਿਆ, ਅਤੇ ਕੀ ਲੋਕਾਂ ਨੂੰ ਕੀ ਕਹਿਣਾ ਚਾਹੋਗੇ, ਲੋਕਾਂ ਨੂੰ ਕੀ ਦੱਸਣਾ ਚਾਹੋਗੇ ਕਿ ਸੰਘਰਸ਼ ਦੇ ਵਿੱਚ ਕਿੰਨਾ ਕੁ ਯੋਗਦਾਨ ਪਾਉਣ, ਔਰ ਲੋਕ ਜਿਹੜੇ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਆਪਣੀ ਜਿਹੜੀ ਸੰਘਰਸ਼ ਲੜ ਰਹੇ ਹੈਗੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਵੀ ਅੱਗੋਂ ਤੋਂ ਜਿਹੜਾ ਕੋਈ ਵੋਟ ਪਾਉਂਦਾ, ਇੱਕ ਤਾਂ ਸੋਚ ਸਮਝ ਕੇ ਪਾਵੇ, ਦੂਜਾ ਉਸ ਬੰਦੇ ਨਾਲ ਇਹ ਕਰ ਲਏ ਵੀ ਜੇ ਤੂੰ ਗਲਤ ਚੱਲਿਆ ਇੱਥੇ ਪਿੰਡ 'ਚ ਬੁਲਾ ਕੇ ਤੇਰਾ ਚਿੱਤਰਾਂ ਦਾ ਹਾਰ ਪਾਵਾਂਗੇ। ਹੁਣ ਪਿੰਡ ਵਾਲਿਆਂ ਦੀ ਵੋਟਾਂ ਲੈਣ ਤੋਂ ਬਾਅਦ ਪਿੰਡ ਵਾਲਿਆਂ ਨੂੰ ਵੀ ਕਹਿੰਦੇ ਨੇ ਸਾਡੇ ਕੀ ਲੱਗਦੇ ਨੇ, ਅਤੇ ਜਿਹੜੇ ਵੋਟ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਜਿਹੜੀ ਅੱਜ ਕੱਲ੍ਹ ਦੀਆਂ ਸਰਕਾਰਾਂ ਨੇ, ਜਿਹਨੂੰ ਆਪਾਂ ਕੀ ਲੋਕਤੰਤਰ ਕਹਿੰਦੇ ਹਾਂ, ਉਹ ਲੋਕਤੰਤਰ ਨਹੀਂ, ਉਹ ਤਾਨਾਸ਼ਾਹੀ ਹੈ।
एक बार वोट ले लो मुड़के उन्होंने खून चूसो उन्होंने चित्र मारो उन्होंने बेइज्जती करो। बेशक तसद का जो बहुत सारा ढाया गया तुहाडे उपर पर लेकिन किसानी संघर्ष की गल करांगे किसानी संघर्ष के हूँ भी नाल खड़े हो असी अज रात भी उत्थे टोल प्लाजे ते सी अपने पैंदे वाले ते असी कोई डरांगे नहीं घबरावांगे नहीं अपनी हाजरी लांदे रहांगे। सो बिल्कुल ये सन बापू जीत सिंह जी जिन्हां दे नाल सरकारां वल्लों प्रशासन दे वल्लों तसद का जिहड़ा उह ढाया गया हैगा तो सारियां गल्लां तुहाडे अगे रखियां हैगियां ने पर लेकिन किसानी संघर्ष दे हजे भी जिहड़ा हैगा उह समर्थन दे विच ने हर टाइम किसानी संघर्ष नूं समर्पित रहणगे बापू जीत सिंह जी ने खुद कहा उन्हां दे बेटे उन्हां दे सपुत्र वीरपाल सिंह होरी साडे नाल ने इन्हां नाल भी आपां गल्लबात करांगे। वीरपाल जी स्वागत है पंजाबी लोक। ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵੀਰਪਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ ਜਿੱਦਾਂ ਆਪਾਂ ਦੇਖਦੇ ਸੀ ਜਿੱਦਾਂ ਤੁਹਾਡੇ ਬਾਪੂ ਜੀ ਨੇ ਦੇਸ਼ ਦੇ ਲਈ ਜਿਹੜੀ ਹੈਗੀ ਡਿਊਟੀ ਕੀਤੀ 15 ਸਾਲ 4 ਦਿਨ ਇਹਨਾਂ ਨੇ ਦੱਸਿਆ ਕਿ ਡਿਊਟੀ ਕੀਤੀ ਦੇਸ਼ ਦੀ ਰੱਖਿਆ ਕੀਤੀ ਹੈ ਬਾਰਡਰਾਂ ਦੇ ਉੱਤੇ ਡਿਊਟੀ ਕੀਤੀ ਹੈ ਸਖਤ ਡਿਊਟੀ ਹੁੰਦੀ ਹੈ ਪਹਿਰਾ ਹੁੰਦਾ ਹੈਗਾ ਪਰ ਲੇਕਿਨ ਜਦੋਂ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਹੈ ਆਪਾਂ ਦੇਖਦੇ ਹਾਂ ਕਿ ਸਰਕਾਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਨੱਥਿਆਂ ਦੇ ਉੱਪਰ ਤਸੱਦਰ ਢਾਇਆ ਜਾਂਦਾ ਫਿਰ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਤੁਹਾਡੇ ਵਰਗੇ ਨੌਜਵਾਨ ਹੋਣ ਦੇ ਨਾਤੇ ਕੀ ਫੀਲਿੰਗ ਉੱਠਦੀ ਹੈਗੀ? ਇਹ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ। ਪਹਿਲੀ ਗੱਲ ਤਾਂ ਉੱਥੇ ਜਿੱਥੇ ਲਾਲ ਕਿਲੇ 'ਚ ਕਹਿੰਦੇ ਨੇ ਇਹ ਉੱਥੇ ਗਏ ਨੀਗੇ, ਇਹ ਬਰਾਰੀ ਗਰਾਊਂਡ 'ਚ ਸਨ 26 ਤਰੀਕ ਨੂੰ। ਮੇਰਾ 3-4 ਵਾਰੀ ਗੱਲ ਹੋਈ ਇਹਨਾਂ ਨਾਲ 26 ਤਰੀਕ ਨੂੰ ਇਹ ਬਰਾੜੀ ਗਰਾਊਂਡ 'ਚ ਆਉਂਦੇ। ਬਰਾੜੀ ਗਰਾਊਂਡ 'ਚ ਜੇ ਕੋਈ ਕਸੂਰਵਾਰ ਤਾਂ ਚੁੱਕਦੇ ਚੰਗੇ ਲੱਗਦੇ ਨੇ, ਇਹਨਾਂ ਦੀਆਂ ਇੰਨੀਆਂ ਧਾਰਾਵਾਂ ਲਾਤੀਆਂ ਇਹਦਾ ਮਤਲਬ ਹੀ ਨਹੀਂ ਬਣਦਾ। ਇਹ ਕੋਈ ਆਪਣਾ ਲੋਕਤੰਤਰ ਵਾਲਾ ਤਾਂ ਹੈ ਹੀ ਨਹੀਂ ਸਿਸਟਮ ਜੀ, ਇੱਥੇ ਤਾਂ ਤਾਨਾਸ਼ਾਹੀ ਚੱਲ ਰਹੀ ਹੈ। ਜੋ ਉਹਨਾਂ ਦਾ ਹੱਕ 'ਚ ਜੀ ਚੜ੍ਹਦਾ ਉਹ ਕਰੀ ਜਾ ਰਹੇ ਨੇ। ਦਿੱਲੀ ਪੁਲਿਸ ਨੂੰ ਵੀ ਇਹ ਚਾਹੀਦਾ ਵੀ ਇਹ ਕੁਛ, ਜੇ ਸਰਕਾਰ ਮਾੜੀ ਹੈ ਦਿੱਲੀ ਪੁਲਿਸ ਨੂੰ ਆਪ ਨੂੰ ਤਾਂ ਪਤਾ ਵੀ ਅਸੀਂ ਕੀ ਕਰ ਰਹੇ ਹਾਂ, ਸਾਡੇ ਸਾਹਮਣੇ ਅੱਖਾਂ ਦੇ ਹੋ ਰਿਹਾ। ਅਸੀਂ ਕਿਉਂ ਵੀ ਇੱਕ ਬੰਦੇ ਦੇ ਮਨ ਜੇ ਪ੍ਰਧਾਨ ਮੰਤਰੀ ਬਣ ਗਏ ਤਾਂ ਉਹਦੀ ਵੀ ਚੱਲੇਗੀ ਇਸ ਦੇਸ਼ 'ਚ, ਇਹ ਤਾਂ ਬਹੁਤ ਗਲਤ ਚੀਜ਼ ਹੈ ਜੀ। ਜਦੋਂ ਤੁਹਾਨੂੰ ਪਤਾ ਲੱਗਿਆ, ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਕਿ ਤੁਹਾਡੇ ਬਾਪੂ ਜੀ ਨੇ ਜਿਹੜੇ ਉਹ ਅਰੈਸਟ ਹੋ ਚੁੱਕੇ ਨੇ ਉਹਨਾਂ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਦੇ ਵਿੱਚ, ਕਿੱਥੋਂ ਪਤਾ ਲੱਗਿਆ ਤੁਹਾਨੂੰ? ਮੈਨੂੰ ਜੀ ਸ਼ਨੀਵਾਰ 30 ਤਰੀਕ ਨੂੰ ਫੋਨ ਆਇਆ ਸੀਗਾ ਜੇਲ੍ਹ 'ਚੋਂ, ਤਿਹਾਰ ਜੇਲ੍ਹ 'ਚੋਂ ਫੋਨ ਆਇਆ ਸੀ ਵੀ ਜੀਤ ਸਿੰਘ ਤੁਹਾਡੇ ਕੀ ਲੱਗਦੇ? ਮੈਂ ਫਾਦਰ ਸਾਹਿਬ ਲੱਗਦੇ, ਕਹਿੰਦਾ ਉਹ ਇੱਥੇ ਇਸੇ ਨੇ ਗ੍ਰਿਫਤਾਰ ਕੀਤਾ ਹੋਇਆ, ਉਹਨਾਂ ਦੀ ਰਿਹਾਈ ਵਾਸਤੇ ਜੋ ਵੀ ਤੁਸੀਂ ਕਾਗਜ਼ੀ ਕਾਰਵਾਈ ਕਰਨੀ ਤੁਸੀਂ ਕਰੋ। ਮੈਂ ਠੀਕ ਹੈ ਜੀ, ਉਹਨਾਂ ਨੇ ਇੰਨੀ ਗੱਲ ਪਤਾ ਲੱਗੀ। ਉਦੋਂ ਬਾਅਦ ਇਹਨਾਂ ਨੂੰ ਜਥੇਬੰਦੀ ਦਾ ਫੋਨ ਆਇਆ ਇਹਨਾਂ ਦੀ ਦਾ ਵੀ ਇਹ ਉੱਥੋਂ ਗ੍ਰਿਫਤਾਰ ਹੋ ਗਏ ਨੇ ਅਤੇ ਗੱਡੀ ਵੀ ਕੋਈ ਨਹੀਂ ਹੈਗੀ, ਗੱਡੀ ਅਤੇ ਨਾਲ ਹੀ ਇਹ ਨੇ 9 ਜਣੇ ਹੋਰ ਨੇ। ਹਾਂਜੀ, ਗੱਡੀ ਆਪਣੀ ਸੀਗੀ, ਜਿੰਨ ਗੱਡੀ ਸੀ ਜੀ, ਜਿੰਨ ਗੱਡੀ ਸੀ 50,000 ਰੁਪਏ ਨਾਲ ਲੈ ਗਏ ਸੀਗੇ। ਉਹ ਵਿੱਚ ਸੀ 2 ਫੋਨ ਸੀ, ਵਿੱਚ ਬਿਸਤਰਾ ਹੋ ਗਿਆ ਜੀ, ਕੱਪੜੇ ਕੁੱਪੜੇ ਸਾਰਾ ਜੋ ਵੀ ਸੀ ਨਾਲ ਲੈ ਕੇ ਵਿੱਚ ਹੀ ਸੀਗਾ। ਇਹ ਤਾਂ ਇਹਨਾਂ ਨੂੰ ਤਾਂ ਰੋਟੀ ਖਾਂਦਿਆਂ ਨੂੰ ਚੁੱਕ ਕੇ ਲੈ ਗਏ ਵੀ ਇੱਕ ਵੀ ਚੀਜ਼ ਨਹੀਂ, ਨਾ ਹੁਣ ਸਾਨੂੰ ਗੱਡੀ ਦਾ ਪਤਾ ਲੱਗ ਰਿਹਾ ਜੀ, ਨਾ ਜੋ ਵੀ ਉਹਦੇ ਵਿੱਚ ਸਮਾਨ ਹੈ, ਨਾ ਸਾਨੂੰ ਉਹਦਾ ਪਤਾ ਲੱਗ। ਤੁਸੀਂ ਵੀ ਸੰਘਰਸ਼ ਦੇ ਵਿੱਚ ਗਏ ਹੋਏ ਸੀਗੇ? ਮੈਂ ਵੀ ਸੰਘਰਸ਼ ਦੇ ਵਿੱਚ ਗਿਆ ਸੀ, ਮੈਂ 2 ਵਾਰੀ ਜਾਇਆ ਜੀ। ਮੈਂ 26 ਜਨਵਰੀ ਨੂੰ ਦਿੱਲੀ ਬਾਰਡਰ ਤੋਂ ਆਪਣਾ ਸਿੰਘ ਠਿਕਰੀ ਬਾਰਡਰ ਤੋਂ ਮੁੜ ਕੇ ਜਥੇਬੰਦੀਆਂ ਨੇ ਕਿਹਾ ਸੀ ਵੀ ਇੱਥੋਂ ਆਪਾਂ ਮੁੜ ਕੇ ਜਾਣਾ ਪੰਜਾਬ 'ਚ ਵਾਪਸ, ਉੱਥੇ ਆਪਣੇ ਜਿੱਥੇ ਬੈਠੇ ਹਾਂ ਅਸੀਂ ਪਕੌੜਾ ਚੌਂਕ 'ਚ ਬੈਠੇ ਸੀਗੇ ਵਾਪਸ ਜਾ ਕੇ। ਅਸੀਂ 26 ਤਰੀਕ ਨੂੰ ਉੱਦਣ ਹੀ ਰਾਤ ਨੂੰ 9 ਵਜੇ ਘਰੇ ਪਹੁੰਚ ਗਏ ਖਨੌਰੀ ਜੇ। ਜੇ ਬਾਪੂ ਜੀ ਨੇ ਜਦੋਂ ਉੱਥੋਂ ਰਿਹਾ ਹੋ ਕੇ ਆਏ ਨੇਗੇ ਇਹ, ਤਾਂ ਤੁਹਾਡੇ ਨਾਲ ਪਰਿਵਾਰ ਨਾਲ ਗੱਲਾਂ ਬਾਤਾਂ ਕੀਤੀਆਂ ਹੋਣਗੀਆਂ ਵੀ ਕਿਸ ਤਰ੍ਹਾਂ ਦਾ ਕੋਈ ਤਸੱਦਦ ਜਿਹੜਾ ਹੈਗਾ ਢਾਇਆ ਗਿਆ, ਵੀ ਬਹੁਤ ਅੱਤਿਆਚਾਰ ਕੀਤਾ ਗਿਆ, ਕੋਈ ਇੱਦਾਂ ਦੀ ਕੋਈ ਗੱਲਬਾਤ ਦੱਸੀ ਹੋਵੇ ਤੁਹਾਨੂੰ? ਬਸ ਦੱਸੀ ਵੀ ਮੇਰੇ ਨਾਲ ਤਾਂ ਕੋਈ ਇੰਨਾ ਨਹੀਂ ਹੋਇਆ, ਵੀ ਜਿਹੜੇ ਨਾਲ ਦੇ ਸੀਗੇ ਫੌਜੀ ਗੁਰਮੁਖ ਸਿੰਘ ਉਹਨਾਂ ਨਾਲ ਥੋੜ੍ਹਾ ਜਿਹਾ ਕੁੱਟਮਾਰ ਜ਼ਿਆਦਾ ਕੀਤੀ ਗਈ, ਇੱਕ ਮੁੰਡਾ ਸੀ ਕੋਈ ਇਹਨਾਂ ਦੇ ਨਾਲ ਜੀ, ਇੱਕ ਉਹਨਾਂ ਦੇ ਨਾਲ ਜ਼ਿਆਦਾ ਕੀਤੀ ਗਈ, ਵੀ ਗਲਤ ਬੋਲ ਬੋਲਦੇ ਸਨ। ਇਹ ਹੈ ਵੀ ਇਹ ਇਹਨਾਂ ਨੇ ਸੁਣਨ 'ਚ ਥੋੜ੍ਹਾ ਉਹ ਹੈ ਵੀ ਚੱਲ ਵਿਚਾਰ ਰਹਿ ਗਿਆ ਜੀ, ਉਹਨਾਂ ਨੂੰ ਉਹ ਸੁਣ ਗਿਆ ਵੀ ਜੋ ਵੀ ਮਾੜਾ ਬੋਲਦੇ ਹਨ ਉਹ ਅੱਗੋਂ ਕੁਛ ਕਹਿੰਦੇ ਹਨ ਵੀ ਤੁਸੀਂ ਮਾੜਾ ਨਾ ਬੋਲੋ, ਉਹਨਾਂ ਨਾਲ ਇਹ ਕੁਛ ਹੋ ਗਿਆ ਤਾਂ ਉਹਨਾਂ ਨੂੰ ਕੁੱਟਿਆ ਗਿਆ ਜੀ। ਦੱਸਿਆ ਕਿ ਸਿੱਖੀ ਸਰੂਪ ਸੀਗੇ ਜਿਹੜੇ ਉਹ ਵੀ ਲਹਾਏ ਗਏ? ਹਾਂਜੀ ਹਾਂ, ਇਹਨਾਂ ਕੋਲ ਹੁਣ ਗਾਤਰਾ ਸੀ, ਕੰਘਾ ਸੀ, ਕੜਾ ਸੀਗਾ, ਬੇਅਦਬੀ ਕੀਤੀ ਗਈ। ਇੱਕ ਜੋ ਮਰਜ਼ੀ ਹੈ ਧਰਮ ਹੈ, ਜੇ ਭਾਵੇਂ ਹਿੰਦੂ ਧਰਮ ਹੈ, ਮੁਸਲਮਾਨ ਧਰਮ ਹੈ, ਸਿੱਖ ਧਰਮ ਹੈ, ਹੁਣ ਕੋਰਟ ਕੀ ਕਹਿੰਦੀ ਹੈ ਕਿ ਇਹਦਾ ਮਤਲਬ ਜੇ ਧਰਮ ਹੈ ਉਹਦਾ, ਜੇ ਆਪਾਂ ਜੇਲ੍ਹ 'ਚ ਜਾਂਦੇ ਹਾਂ ਜੇਲ੍ਹ 'ਚ ਆਪਾਂ ਨੂੰ ਸਾਰਾ ਸਮਾਨ ਲੈ ਕੇ ਜਾਣਾ ਪਊਗਾ, ਫਿਰ ਉੱਥੇ ਕੀ ਜੇਲ੍ਹ 'ਚ ਕੋਈ ਧਰਮ ਨਹੀਂ ਹੈਗਾ? ਫਿਰ ਕੋਈ ਗੱਲ ਨਹੀਂ ਨਾ ਬਣਦੀ ਹੈਗੀ। ਜੇ ਜੇਲ੍ਹ 'ਚ ਵੀ ਲਿਜਾਣਾ ਆਪਾਂ ਨੂੰ ਸਾਰੇ ਆਪਣੇ ਸਰੂਪ ਦੇ ਨਾਲ, ਜੇ ਆਪਣਾ ਹਿੰਦੂ ਧਰਮ ਹੈ ਉਹ ਜਨੇਊ ਪਹਿਨ ਕੇ ਜਾਂਦਾ ਹੋਏਗਾ ਜੇਲ੍ਹ 'ਚ, ਕਿ ਉਹਦਾ ਜਨੇਊ ਵੀ ਲਾ ਕੇ ਉੱਥੇ ਜੇ ਧਰ ਕੇ ਜਾਂਦੇ ਨੇ ਕੋਰਟ ਦੇ ਸਾਹਮਣੇ, ਜੱਜ ਦੇ ਸਾਹਮਣੇ? ਇਹ ਬਹੁਤ ਗਲਤ ਹੋ ਰਿਹਾ ਵੀ ਸਿੱਖ ਹੈ ਜੀ, ਉਹਦਾ ਸਾਰਾ ਗਾਤਰਾ ਵੀ ਲਾ ਦਿਉ ਜੀ, ਉਹਦਾ ਕੰਘਾ ਵੀ ਲਾ ਦਿਉ ਜੀ, ਉਹ ਸਾਰੇ ਕੱਪੜੇ ਲਹਾ ਲਓ ਜੀ। ਇਹ ਬਹੁਤ ਗਲਤ ਹੋ ਰਿਹਾ ਵੀ ਜੇ ਹੋਣਾ ਤਾਂ ਸਾਰਿਆਂ ਨਾਲ ਇੱਕ ਹੋਵੇ, ਨਹੀਂ ਤਾਂ ਹੋਵੇ ਨਾ ਇਹ 'ਚ। ਹੋਰ ਵੀ ਜਿਹੜੇ ਇਹਨਾਂ ਦੇ ਸਾਥੀ ਸੀਗੇ ਜਾਂ ਹੋਰ ਇਸ ਤੋਂ ਇਲਾਵਾ ਕਿੰਨੇ ਕੁ ਹਿਰਾਸਤ 'ਚ ਲਏ ਹੋਏ ਸੀਗੇ ਨੌਜਵਾਨ? ਇਹਨਾਂ ਦੇ ਨਾਲ ਤਾਂ ਸੀ 9 ਜਣੇ ਹੋਏ ਸੀਗੇ ਅਰੈਸਟ। ਉਂਝ ਮੈਨੂੰ ਖਬਰ ਮਿਲੀ ਸੀ ਵੀ ਇੱਥੋਂ ਦੇ ਇਹਨਾਂ ਦੇ ਨੇੜੇ ਨੇੜੇ ਵੀ 30-40 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਵੀ ਇਹਨਾਂ ਦੇ ਜਿਹੜੇ ਨਾਲ ਸੀ ਸਿਰਫ ਉਹ 9 ਜਣੇ ਸੀਗੇ ਜੀ। ਸੰਘਰਸ਼ ਦੇ ਨਾਲ
हाँ जी हाँ, हमेशा संघर्ष के नाल ते नाल रहांगे जी। कोई सरकार वालों कोई फोन आया हो जा कोई सरकार वालों कोई नुमाइंदा भेजा हो उन्होंने कि जीत सिंह नाल जिहड़ा बहुत सारा ये माड़ा हो रहा क्योंकि इन्होंने लंबा समा ड्यूटी निभाई है? ना जी ना, कोई सरकार वालों कोई बंदा नहीं आया, कोई फोन नहीं आया, कोई कुछ नहीं आया जी। कोई रोसा है सरकार खिलाफ? फुल है जी रोसा, फुल रोसा ही है जी। कहना चाहोगे सरकार को कुछ? सरकार को तो यही कहना चाहेंगे भी जेड़ा बंदा आप कैप्टन साहब आप मिलिट्री च रह के आए हैं उन्होंने पता है बार्डर से रहना तो कितनी मुश्किल से कितना वो करना होता है तो वही फौजी देश लिए रक्षा करता वही जेलां कटदा फिरदा वे क्यों कट रहे उन्होंने ये आप नहीं चाहिए भी एक चीज़ दे आप ध्यान च लैन भी कि कतों वो कट रहे चीज़। एक नारा सी जय जवान जय किसान किस तरह देख दो अज वो नारे नूं कीवें देख रहे? ना जी जय जवान जय किसान नाल तो कोई नारा इस टाइम तो रहा ही नहीं है जेडे हिसाब नाल तो चल रहा लोकतंत्र का खत्म कर रखा जय जवान तो जय किसान तो कोई नारा नहीं इस टाइम है। नौजवानों लिए भर्तियां कड़िया जाते हैं नौजवानों को कहा जाता कि भर्ती के शामिल हो भर्ती के आओ तो नौजवानों के उपर इस गल लैके किस तरह का जो असर पवेगा? नौजवानों तो यह कहा जाता जी भर्ती जाओ बस घरद्या ना वेखो तुम अपनी ड्यूटी करो नभाओ तो अपना फर्ज नभा के तुम घरें जाओ भावें तुम्हें बाद चो रिटायरमेंट होगी उन्होंने ये नहीं पता बाद चो भी हाँ तू नौजवान है कि नहीं है वह नहीं पुछते बाद चो जिहड़ा 15 साल नौकरी कर ले 30 साल कर ले ਉਹਦਾ ਜੇ ਜੋ ਨੌਕਰੀ ਕਰਨ ਜਾ ਰਿਹਾ ਸਭ ਤੋਂ ਇਸ ਟਾਈਮ ਔਖੀ ਨੌਕਰੀ ਬਾਰਡਰ 'ਤੇ ਰੱਖਿਆ ਇਹ ਮੰਤਰੀ ਆਪਣੇ ਮੁੰਡੇ 'ਤੇ ਆਪ ਕਿਉਂ ਨਹੀਂ ਲੱਗਦੇ ਬਾਰਡਰਾਂ 'ਤੇ ਆਪ ਫੌਜ 'ਚ ਭਰਤੀ ਕਿਉਂ ਨਹੀਂ ਹੁੰਦੇ ਇਹ ਗਰੀਬਾਂ ਦੇ ਬੱਚਿਆਂ ਨੂੰ ਜਵਾਨ ਕਿਸਾਨਾਂ ਦੇ ਬੱਚਿਆਂ ਨੂੰ ਬਾਰਡਰਾਂ 'ਤੇ ਲੈ ਜਾਂਦੇ ਨੇ ਉਹਨਾਂ ਦੇ ਬਾਅਦ 'ਚੋਂ ਮਾਂ ਪਿਓ ਨੂੰ ਧੱਕੇਸ਼ਾਹੀ ਧੱਕਾ ਕਰਨਾ ਪੈ ਰਿਹਾ ਹੁਣ ਦਿੱਲੀ 'ਚ ਬੈਠੇ ਨੇ ਸਾਰੇ ਕੋਈ ਕਿਸੇ ਦਾ ਚਾਚੇ ਦਾ ਮੁੰਡਾ ਕੋਈ ਆਪ ਜਾ ਰਿਹਾ ਫੌਜੀ ਉਹ ਸਾਰੇ ਉੱਥੇ ਹੀ ਬੈਠੇ ਨੇ ਜੇ ਉਹ ਚਾਹਣ ਤਾਂ ਆਪਣੇ ਮੁੰਡਿਆਂ ਨੂੰ ਇੱਥੇ ਸੱਦ ਨਹੀਂ ਸਕਦੇ ਹੈਗੇ। ਵੀਰਪਾਲ ਤੁਸੀਂ ਕੀ ਕਰਦੇ ਹੈਗੇ? ਮੈਂ ਜੀ ਸੇਵਾ ਕੇਂਦਰ 'ਚ ਸਿਕਿਉਰਟੀ ਗਾਰਡ ਦੀ ਨੌਕਰੀ ਕਰਦੇ ਪ੍ਰਾਈਵੇਟ 'ਚ। ਅੱਛਾ, ਕਿੰਨੀ ਜਿਹੜੀ ਇਨਕਮ ਤੁਸੀਂ ਤੁਹਾਨੂੰ? ਮੇਰੀ ਸੈਲਰੀ ਜੀ 7,73,00 ਰੁਪਇਆ ਜੀ ਹੁੰਦੀ। ਕੋਈ ਸਰਕਾਰ ਨੇ ਨਹੀਂ ਕੋਈ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਕਿ ਦੇਸ਼ ਦੇ ਲਈ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ ਬਹੁਤ ਡਿਊਟੀ ਕੀਤੀ ਹੈਗੀ ਔਰ ਦੇਸ਼ ਦੀ ਸੇਵਾ ਕੀਤੀ ਹੈਗੀ ਕੋਈ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ? ਨਾ ਜੀ ਨਾ, ਸਾਨੂੰ ਅਜੇ ਤੱਕ ਕੋਈ ਮਦਦ ਨਹੀਂ ਮਿਲੀ ਕੋਈ ਸਰਕਾਰ ਵੱਲੋਂ ਕੋਈ ਵੀ ਚੀਜ਼ ਦਾ ਫੋਨ ਨਹੀਂ ਕੋਲ ਕੁਛ ਵੀ ਨਹੀਂ ਆਇਆ ਨਾ ਹੀ ਸਰਕਾਰ ਦਾ ਕੋਈ ਬੰਦਾ ਆਇਆ। ਬਾਕੀ ਜਥੇਬੰਦੀਆਂ ਵੱਲੋਂ ਜਾਂ ਹੋਰ ਬੰਦੇ ਜਥੇਬੰਦੀਆਂ ਜੀ ਇੱਕ ਆਪਣਾ ਸਿਮਰਨਜੀਤ ਮਾਨ ਵੱਲੋਂ ਬੰਦੇ ਆਏ ਸੀ ਉਹ ਡੈਡੀ ਜੀ ਨੂੰ ਸਰੋਪਾ ਪਾ ਕੇ ਗਏ ਨੇ ਸਨਮਾਨ ਭੇਟ ਕਰਕੇ ਗਏ ਨੇ ਹੋਰ ਤਾਂ ਇਹੋ ਜਿਹਾ ਕੁਛ ਕੀਤਾ ਨਹੀਂ ਬਈ ਜਿਹੜੇ ਨਾਲ ਆਪਾਂ ਕਹਿ ਸਕੀਏ ਵੀ ਆਪਾਂ ਨੂੰ ਇਹ ਕੁਛ ਦੇ ਗਏ ਨੇ ਜਾਂ ਕੁਛ ਕਰ ਗਏ ਨੇ ਆਪਾਂ ਨੂੰ ਨਾ ਚਾਹੀਦਾ ਜੀ ਇਹਨਾਂ ਤੋਂ ਤਾਂ ਆਪਾਂ ਸਰਕਾਰ ਤੋਂ ਮੰਗ ਸਕਦੇ ਹਾਂ ਸਰਕਾਰ ਨਹੀਂ ਦਿੰਦੀ ਤਾਂ ਆਪਾਂ ਦੂਜੇ ਬੰਦੇ ਤੋਂ ਕੀ ਮੰਗਾਂਗੇ ਸਰਕਾਰ ਵੀ ਨਹੀਂ ਦਿੰਦੀ ਆਪਾਂ ਨੂੰ ਤਾਂ ਵਾਹਿਗੁਰੂ 'ਤੇ ਭਰੋਸਾ ਵੀ ਉਹ ਦੇਈ ਜਾਂਦਾ ਬਹੁਤ ਹੀ ਆਮ ਤੌਰ ਕਿਸਾਨ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੋਗੇ? ਬਸ ਕਿਸਾਨ ਜਥੇਬੰਦੀਆਂ ਨੂੰ ਤਾਂ ਇਹੀ ਕਹਿਣਾ ਚਾਹਾਂਗੇ ਵੀ ਏਕਤਾ ਰੱਖਣ ਜਿੰਨਾ ਰੱਖਣਗੇ ਉਨਾ ਫਾਇਦਾ ਹੈ ਕਿਉਂਕਿ ਜਥੇਬੰਦੀਆਂ ਨੇ ਉਹ ਤਾਂ ਆਪ ਤਾਂ ਸਟੇਜਾਂ 'ਚ ਖੜ੍ਹੇ ਨੇ ਜਿਹੜੇ ਉਹਨਾਂ ਨੂੰ ਜੇਲ੍ਹ 'ਚ ਰਹੇ ਉਹਨਾਂ ਨੂੰ ਇਹ ਚੀਜ਼ ਦੇ ਧਿਆਨ ਰੱਖਣਾ ਚਾਹੀਦਾ ਵੀ ਆਪ ਤੇ ਧਿਆਨ ਵੀ ਰੱਖਣ ਵੀ ਸਾਡਾ ਬੰਦਾ ਕਿਹੜਾ ਜੇਲ੍ਹ 'ਚ ਤੇ ਉਹਨੂੰ ਕਢਾਈਏ ਇਹ ਨਾ ਕਹਿਣ ਵੀ ਉਹਦੀ ਜਥੇਬੰਦੀ ਦਾ ਜੀ ਜਾਂ ਉਹਦੇ ਉੱਚ ਆ ਗਿਆ ਜੀ ਉਹ ਗਿਆ ਤੇ ਇੱਕ ਕਿਸਾਨੀ ਦੇ ਰੂਪ 'ਚ ਹੀ ਹੈ ਜੀ। ਠੀਕ ਹੈ ਜੀ, ਜੇ ਹੁਣ ਇਹਨੂੰ ਕਹਿ ਦਾਂਗੇ ਜੇ ਤੁਸੀਂ ਇਸ ਜਥੇਬੰਦੀ ਦਾ ਮੈਂ ਤਾਂ ਤੇਰੇ ਨਾਲ ਕੋਈ ਗੌਰ ਨਹੀਂ ਵੀ ਤੂੰ ਉਹ ਜਥੇਬੰਦੀ ਕਰੂਗੀ ਇਹ ਬਹੁਤ ਗਲਤ ਹੋ ਰਿਹਾ ਜੀ। ਜਥੇਬੰਦੀਆਂ ਹੁਣ ਜਾ ਰਿਹਾ ਸੀ ਆਪਾਂ ਰਹੇ ਹੁਣ ਇੱਥੋਂ ਮੈਂ ਵੱਗ ਗਿਆ ਮੈਂ ਤਾਂ ਜਾਊਂਗਾ ਕਿਸਾਨ ਬਣ ਕੇ ਇਹ ਨਹੀਂ ਵੀ ਮੈਂ ਰਾਜੋ ਵਾਲੇ ਜਥੇਬੰਦੀ ਦਾ ਆ ਗਿਆ ਜੀ ਮੈਂ ਅੰਮ੍ਰਿਤਸਰ ਜਥੇਬੰਦੀ ਇਹ ਕੋਈ ਗਲਤ ਹੈ ਜੀ ਇਹ ਚੀਜ਼ ਦਾ ਇਹ 32-32 ਕਿਸਾਨ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਵੀ ਜੇ ਕੋਈ ਆ ਰਿਹਾ ਤਾਂ ਕਿਸਾਨ ਜਥੇਬੰਦੀ 'ਚ ਹੀ ਆ ਰਿਹਾ ਇਹ ਨਾ ਸੋਚੇ ਮੇਰੀ ਜਾ ਰਿਹਾ ਕਿਹਦੀ ਜਾ ਰਿਹਾ। ਹੁਣ ਜਿੱਦਾਂ ਅੱਗੇ ਜਿਹੜਾ ਹੁਣ ਕੇਸ ਵਗੈਰਾ ਚੱਲ ਰਿਹਾ ਹੋਊਗਾ ਵਕੀਲ ਵਗੈਰਾ ਕਰ ਲਏ ਗਏ ਨੇ ਤੁਹਾਡੇ ਵੱਲੋਂ? ਹਾਂਜੀ ਵਕੀਲ ਕੀਤਾ ਸੀ ਪਹਿਲਾਂ ਆਪਣੇ ਵੱਲੋਂ ਕੀਤਾ ਸੀ ਫਿਰ ਉੱਥੇ ਦਿੱਲੀ 'ਚ ਉਹਨਾਂ ਨੇ ਕਿਹਾ ਵੀ ਅਸੀਂ ਆਪ ਜਥੇ ਜਿਹੜੀ ਉਹਨਾਂ ਦੀ ਪੈਨਲ ਬਣਿਆ ਆਪਣਾ ਗੁਰਦੁਆਰਾ 15 ਕਮੇਟੀ ਵੱਲੋਂ ਫਿਰ ਉਹਨਾਂ ਵੱਲੋਂ ਵਕੀਲ ਕੀਤਾ ਗਿਆ ਜੀ ਉਹਨਾਂ ਨੇ ਹੀ ਸਿਮਰਨਜੀਤ ਮਾ ਕੌਣ ਨੇ ਜੀ ਉਹ ਉਹਨਾਂ ਨੇ ਸਾਰਾ ਸਾਂਭਿਆ। ਹਾਂਜੀ ਮਨਜਿੰਦਰ ਸਿੰਘ ਸਿਰਸਾ ਨੇ ਸਾਂਭਿਆ ਹੋਇਆ ਸਰ। ਲਾਸਟ ਦੇ ਵਿੱਚ ਵੀਰਪਾਲ ਜੀ ਲੋਕਾਂ ਨੂੰ ਅਤੇ ਜਥੇਬੰਦੀਆਂ ਨੂੰ ਜਾਂ ਆਮ ਜਿਹੜੀ ਜਨਤਾ ਜਾਂ ਤੁਹਾਡੇ ਵਰਗੇ ਨੌਜਵਾਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਵੋਟ ਪਾਉਣ ਲੱਗਿਆ 100 ਵਾਰੀ ਸੋਚ ਕੇ ਵੋਟ ਪਾਓ ਜੇ ਵੋਟ ਪਾਓ ਉਹਨੂੰ ਕਹਿ ਦਿਓ ਵੀ ਪਹਿਲਾਂ ਇੱਥੇ ਆ ਕੇ ਤੁਸੀਂ ਜੋ ਵੀ ਹੈ ਇਹ ਨਾ ਹੋਵੇ ਤੂੰ ਬਾਅਦ 'ਚ ਇੱਕ ਵਾਰੀ ਵੋਟ ਲੈ ਕੇ ਜੀ 5 ਸਾਲ ਤਾਂ ਪਹਿਲੀ ਗੱਲ ਤਾਂ ਮੂੰਹ ਹੀ ਨਹੀਂ ਕੋਈ ਦਿਖਾਉਂਦਾ ਹੈਗਾ ਜੇ ਕੋਈ ਆ ਜਾਂਦਾ ਵੋਟਾਂ 'ਚ ਹੀ ਆਉਂਦਾ ਅੱਗੇ ਹੁਣ 5 ਸਾਲ ਆਉਣ ਵਾਲੀਆਂ ਵੋਟਾਂ ਜੀ 22 'ਚ ਵੋਟਾਂ ਜਾਣੀਆਂ ਹੁਣ ਦੇਖਿਓ ਜੀ ਮੈਂ ਆਉਣਗੇ ਹਰੇਕ ਹੀ ਆਜੂਗਾ ਜੀ ਉਦੋਂ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਮੈਂ ਕਿਹਨੂੰ ਵੋਟ ਪਾਉਣੀ ਅਤੇ ਕਿਉਂ ਪਾਉਣੀ ਹੈ। ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਇਸ ਨੂੰ ਲੈ ਕੇ ਰਾਜਨੀਤੀ ਦੇ ਵਿੱਚ ਬਦਲਾਅ ਆਏਗਾ ਕਿਤੇ ਨਾ ਕਿਤੇ? ਆਏਗਾ ਜੀ ਜ਼ਰੂਰ ਆਏਗਾ ਮੈਂ ਤਾਂ ਕਹਿੰਦਾ ਬਦਲਾਅ ਤਾਂ ਆਉਣਾ ਚਾਹੀਦਾ ਜੀ। ਸੋ ਬਿਲਕੁਲ ਇਹ ਸਨ ਵੀਰਪਾਲ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਰਾਜਨੀਤੀ ਨੂੰ ਲੈ ਕੇ ਵੀ ਜਿਹੜਾ ਹੈਗਾ ਬਦਲਾਅ ਜ਼ਰੂਰ ਆਉਣਾ ਚਾਹੀਦਾ ਕਿਉਂਕਿ ਕਿਸਾਨੀ ਸੰਘਰਸ਼ ਸਿੱਖਰਾਂ ਦੇ ਉੱਤੇ ਪੁੱਜਿਆ ਹੋਇਆ। ਬੇਸ਼ੱਕ ਕਿਸਾਨੀ ਸੰਘਰਸ਼ ਨੇ ਬਹੁਤ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਉਹ ਬਦਲ ਦਿੱਤੀਆਂ ਨੇ ਕਿਉਂਕਿ ਇੱਕੋ ਮੰਚ ਦੇ ਉੱਤੇ ਹਰ ਵਿਅਕਤੀ ਆ ਕੇ ਖੜ੍ਹਾ ਹੋ ਗਿਆ। ਬੇਸ਼ੱਕ
गल किसानी की है पर लेकिन आपके हकों के लिए हर एक नूं लड़ना आ गया, अपन मंगा रखन का मौका मिले हरेक नूं किस तरह अपन मंगा मननिया ने और किस तरह एक मंच के उपरे खड़ के सरकार के खिलाफ लड़ना है। इस तरह के बजुर्ग 70-70 साल की उम्र के अपने हकों के लिए लड़ रहे हैं, बेशक सरकार वालों तसद्दद किया जा रहा है पर लेकिन फिर भी कितना कितने मन नहीं डोल रहा। ये नौजवान वीरपाल सिंह अपने बापू के उपर तसद्दद जो होया उसनू देख के भी फिर भी इन्हां दे मन दे विच कितना कितने जज्बा जरूर पैदा हो रहा है। कहिंदे असीं किसानी दे नाल किसान बन के ही संघर्ष दे विच जावांगे और जथेबंदियों उत्ते भी कितना कितने गिला जरूर किया इन्हां ने। इन्हां ने कहा कि कोई भी जथेबंदी है जे असीं इक जथेबंदी नाल जुड़े होए आ तां इह ना समझो कि मैं उस जथेबंदी दा बंदा है, तां किसान बन के किसान गया क्योंकि संघर्ष दे विच गया। सारयां नूं इकट्ठा हो के ही लड़ना पवेगा तां ही जिहड़ी इह जंग है वह जीती जा सकती है। सरकारां दे खिलाफ़ लड़के अपने हक ने जिहड़े वह लैते जा सकते हैं पर जो इस तरह दीआं घटनावां दिनों दिन सामने आउंदीआं रहिंदीआं ने इह नहीं होणीआं चाहीदीआं, इस दी असीं भी घोर निंदा करदे हां। पर लेकिन बापू जीत सिंह जी होरां नूं और इन्हां दे साथियों नूं साडे वल्लों साडे चैनल पंजाबी लोक चैनल वल्लों भी सलाम है। पंजाबी लोक चैनल दे लई संजीव गोयल खनौरी संगरूर।